ਕਿਸੇ ਬਿਲਕੁਲ ਡਗਮਗਾ ਜਾਣ ਵਾਲੀ ਔਰਤ ਆ ਰੱਖਿਆ ਜੀ ਅਛਵਾ ਰਿਆ ਘਰੋਂ ਤੂੰ ਟਾਈ ਭਜਾਈ ਏ ਭਜਾਈ ਭਜਾਈ ਏ ਤੇਰੀ ਸ਼ਰਮ ਕਰ ਘਰੋਂ ਤੂੰ ਟਾਈ ਲਾ ਕੇ ਇੰਜ ਹੀ ਨਿਕਲਣਾ ਜਿਵੇਂ ਪਾਵਰ ਪਲਾਂਟ 'ਚ ਲੱਗਾ ਤੇ ਇੱਥੇ ਲੋਕਾਂ ਕੋਲੋਂ ਦਸ ਦਸ ਮੰਗ ਕੇ ਟਿਪਸ ਆ ਬੇਟਾ ਸੋਹਣਾ ਤੈਨੂੰ ਪਤਾ ਹੀ ਨਹੀਂ ਤੇ ਲੈ ਜਾ ਤੂੰ ਸਾਡੇ ਤੇ ਕੱਖ ਦਾ ਨਹੀਂ ਜਦੋਂ ਫਲਾਸ਼ ਫਸੇ ਉਦੋਂ ਅਸੀਂ ਇਹਨੂੰ ਮੋਰੀ 'ਚ ਫੇਰ ਲਿਆ किसे जफाका शर्त तेरी लंबी जिंदगी दवे सुबह तो लैके शाम तक मेहनत करना हां जी ते तुसी ते बिल्कुल सही बैठे हो मेहनत करना दंद च मारन वाली तीली तुसी इधर गल करो ਉਹਨਾਂ ਨੇ ਕੁੜੀ ਵਸਾਣੀ ਨੂੰ ਸਮਝਾ ਰਹੇ ਨੇ ਨਾ ਆਪਣੀ ਕੁੜੀ ਨੂੰ ਸਹੀ ਗੱਲ ਹੈ ਉਹ ਫਿਟੇ ਮੋ ਹਾਂ ਜੀ ਮੈਂ ਤੇਰੀ ਜੁੱਤੀ ਪਾਇਆ ਮਰੇ ਮੈਨੂੰ ਸਾਰੇ ਗੱਲ ਕਰਨ ਨੂੰ ਸੁਣਾ ਸਾਰੇ ਯਾਰ ਸਮਝਾ ਨੂੰ ਉਹ ਛੁਆਰੇ ਅਨ ਸਮਝਾ ਓਏ ਛੁਆਰੇ ਓਏ ਅਨ ਸਮਝਾ ਉਹ ਵਿੱਚ ਚਲਾ ਜਾ ਖੋਤੀ ਦੇ ਆ ਬੱਚਿਆ बड़ी अच्छी आवाज है काश तू मुंह ना गांदा होवे पता दस डोलदा सानू चंगा लगदा नहीं गैरा नाल बोलदा वे जा उड जा कावा अपने एडे एडे टन सारे लगता पूरा जिला टूरन डे पता लग जाए विछोड़ा की तेनू वास ताई अपने सजना दा वे दस इश्क दा दारू की मेरा यार मिला नहीं ते मार मुका इस दुनिया तो लैना की ल
ਲੱਗਦੇ 16 ਪਾਇਆ ਹੱਥਾਂ ਹੱਥ ਪਾਓ ਹਟ ਜਾਓ ਐ ਵੇਖੋ ਤੁਸੀਂ ਨਜ਼ਦੀਕ ਆ ਗਏ ਹੋ ਲਈ ਇਹ ਪਤਾ ਕੀ ਦੌਰ ਚੇਂਜ ਹੋ ਗਿਆ ਖਾਨ ਸਾਹਿਬ ਤੁਸੀਂ ਪੁਰਾਣੇ ਦੌਰ ਦੇ ਸਿੰਗਰ ਹੋ ਬੀਵੀ ਨਾਲ ਗੁਫ਼ਤਗੂ ਕਰਨਾ ਸੇ ਨਾਲ ਪੜਿਆ ਲਿਖਿਆ ਬੰਦਾ ਉਹਨਾਂ ਹੋਣਾ ਚਾਹੀਦਾ ਜਿਵੇਂ ਮੈਂ ਕਹਾਂਗਾ ਨਾ ਉਸ ਨਾਲ ਕਹੋ ਠੀਕ ਇਹ ਕਹੋ ਹੈਲੋ ਹੈਲੋ ਨਹੀਂ 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 ਯਾਰ ਹੈਲੋ ਐ ਕਿ ਚੱਲਦਾ ਅੱਜ ਕੱਲ ਕਿ ਐਵੇਂ ਇੱਕਦਮ ਨਾ ਅਸਲਾਮ ਵਾਲੇਕੁਮ ਨਹੀਂ ਹੁਣ ਤੇ ਰਹਿ ਗਿਆ ਹੈਲੋ ਤੇ ਭਾਵੇਂ ਥੱਲੇ ਕੱਛੀ ਪਾਈ ਹੋਵੇ ਹੈਲੋ ਹਾਂ पागल हो गया फांसियां दी जगह ते मेंगना खांदा रहा अजी अचवारिया यार तुसी पहलो फिर उस रोस के चलेगी यार रोस के नहीं गई वो जो आते हैं उन्हें मॉल का भी दसेगी उसे उसे के सोने सजना वे बार आवे वीज और प्राप्त प्राप्त एक कस्टमर आता तो सानू लंबे दो आ रहे हैं बार आवे इतना जन दस देने खान साहब आप की गल ने है की मसला था नो ओए मसला ओए मसला 20000 रुपया गाक दा लामा सुनिए असी काम खराब कीते ने तुसी ते भाई डील भी तुसी करो असाले लतां टिलियां तेरियां की होन देया तेनू बेटा काम नहीं आंदा होवे ते नहीं दुकान पाई दी ए जे ओ केड़ा काम नहीं आंदा एवें गरीबां दे पैसे इन्ने जाया नहीं करी दे हुंदे सालो जिदे कोल मैं मेकअप दा समान नहीं नाल ओने प्लाजा पा लिया तेरी बुड्ढी नु फर्क नहीं पिया लो परा मार वे ਅੱਜ ਸ਼ੁਕਰ ਕਰਕੇ ਨਾਈਆਂ ਦੀ ਦੁਕਾਨ ਏਸੀ ਲੱਗ ਗਏ ਨੇ ਤੇ ਸ਼ੀਸ਼ੇ ਲੱਗ ਗਏ ਨੇ ਤੇ ਮਗਰੂ ਸਲੌਨ ਕਹਿ ਨਿੰਮ ਦੇ ਪੱਤੇ ਸਲੌਨ ਕਹਿ ਸਲੌਨ ਹਮਾਮ ਨਿਕਲ ਜਾ ਲੋਕਲ ਕੁਲਫੀ ਇਹ ਜ਼ਿੰਦਗੀ ਅੱਜ ਏਸੀ ਲੱਗ ਗਏ ਨੇ ਤੇ ਅੱਖਾਂ ਹੀ ਬਦਲ ਗਏ ਨੇ ਹਾਂ ਵਰਨਾ ਟਾਲੀ ਨੂੰ ਪਾਣੀ ਲਾ ਰਹੇ ਹੁੰਦੇ ਸੀ ਕਿ ਦੁਕਾਨ ਵੱਡੀ ਹੋਏਗੀ ਤੇ ਥੱਲੇ ਖੋਲਾਂਗੇ ਆਪਣਾ ਆਪਣਾ ਕੰਮ ਹੁੰਦਾ ਤੇ ਇਹਨਾਂ ਦਾ ਕੀ ਕੰਮ ਖਰਾਬ ਕੀਤਾ ਕਿਨਾਂ ਦਾ ਤੈਨੂੰ ਤਾਂ ਕਿਰਾਇਆ ਅਸੇ ਰੱਖਿਆ ਯਾਰ ਮੇਰੀ ਬੁੱਢੀ ਨੇ ਸ਼ਿਫਲ ਫਿਸ਼ਲ ਕਰਾਇਆ ਹਾਂ 20000 ਰੁਪਏ ਤੁਸੀਂ ਲਿਆ ਔਰ ਸਾਰਾ ਉਹਦਾ ਖਰਾਬ ਕਰ ਦਿੱਤਾ ਸਾਲਿਆ ਜਿੰਦ ਦੀ ਤੇਰੀ ਬੁੱਢੀ ਨੇ ਐਵੇਂ 20000 ਦਾ ਮੇਕਅਪ ਉੱਤੇ 3000 ਦੀ ਨਵੀਂ ਆ ਜਾਣੀ ਵੇ ਲੋਕਾਂ ਚ ਨੁਕਸ ਕੱਢੀ ਜਾਂਦਾ ਮਰੇ ਤੂੰ ਓਏ ਰੰਗ ਵਾਲੇ ਸਰੀਏ ਤੇਰੇ ਕੋ ਗਾਹਕ ਵੀ ਨਾ ਹੋਵੇ ਤੇ ਗੱਲਾਂ ਵਧਾਉਣ ਵਾਸਤੇ ਅੱਛਾ ਅੱਜ ਕੱਲ ਮੁਲਕ ਦੇ ਕੀ ਲਾਤ ਯਾਰ ਉਹ ਕੀ ਚੱਲਦਾ ਇਹਨਾਂ ਨੂੰ ਸਮਝਾਓ ਇਹ ਸਮਝਾਇਆ ਇਹਨਾਂ ਨੂੰ ਸ਼ੁਕਰ ਕਰੋ ਕਿ ਅੰਗਰੇਜ਼ ਨੇ ਸਾਨੀ ਪੈਦਾ ਕਰ ਹਾਂ ਬਿਲਕੁਲ ਜੀ ਐਂ ਪੁਸ਼ ਕਰੋ ਤੇ ਵਿੱਚੋਂ ਕਰੀਮ ਡਾਲ ਆਏ ਹਾਂ ਨਹੀਂ ਤੇ ਤੁਹਾਡੇ ਵੱਡਿਆਂ ਦੀ ਰਾਤ ਨੂੰ ਬਾਹ ਹੀ ਨਹੀਂ ਸੀ ਵੇਲੀ ਹੁੰਦੀ ਖਾ 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 ਖਾ